ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕਸਬਾ ਖਾਲੜਾ ਵਿਖੇ SDM ਪੱਟੀ ਡਾਕਟਰ ਅਮਿਤ ਮਹਾਜਨ ਪੁੱਜੇ। ਇਸ ਮੌਕੇ SDM ਡਾਕਟਰ ਅਮਿਤ ਮਹਾਜਨ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਦੇ ਹੈੱਡ ਗ੍ਰੰਥੀ ਬਾਬਾ ਜੁਗਰਾਜ ਸਿੰਘ ਵੱਲੋਂ SDM ਨੂੰ ਸਰੋਪ ਪਾਓ ਭੇਟ ਕੀਤਾ ਗਿਆ। ਇਸ ਉਪਰੰਤ SDM ਵੱਲੋਂ ਪਿੰਡ ਖਾਲੜਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਪਿੰਡ ਦੇ ਸਰਪੰਚ ਰਛਪਾਲ ਸਿੰਘ ਨਾਲ ਗੱਲਬਾਤ ਕੀਤੀ। SDM ਡਾਕਟਰ ਅਮਿਤ ਮਹਾਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਪਿੰਡਾਂ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਵਿੱਚ ਪੂਰੀ ਤਰ੍ਹਾਂ ਜੁਟੀ ਹੋਈ ਹੈ। ਉਹਨਾਂ ਕਿਹਾ ਕਿ ਇਹਨਾਂ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਅੱਜ ਇੱਥੇ ਗੁਰੂ ਨਾਨਕ ਪਾਤਸ਼ਾਹੀ ਉਹਨਾਂ ਦਾ ਚਰਨ ਛੋਹ ਗੁਰਦੁਆਰਾ ਸਾਹਿਬ ਹੈ, ਉਹਦੇ ਜਿਹੜੇ ਅਪਰੋਚ ਰੋਡ ਵਗੈਰਾ ਉਹਦਾ ਜਾਇਜ਼ਾ ਲੈਣ ਮੈਂ ਆਇਆ ਸੀਗਾ, ਤਾਂ ਕਿ ਆਉਣ ਵਾਲੀਆਂ ਸੰਗਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਸਰਪੰਚ ਸਾਹਿਬ ਨਾਲ ਗੱਲ ਹੋਈ ਹੈ, ਇੱਥੇ ਬੜੀ ਤਨਦੇਹੀ ਦੇ ਨਾਲ ਕੰਮ ਕਰਵਾ ਰਹੇ ਨੇ, ਜਿਹੜੇ ਵਿਕਾਸ ਕੰਮ ਜਿਹੜੇ ਇੱਥੇ ਹੋ ਰਹੇ ਨੇ, ਜਿਵੇਂ ਸੀਵਰ ਪੈ ਰਿਹਾ, ਗਲੀਆਂ ਬਣ ਰਹੀਆਂ ਨੇ, ਚੱਪੜ ਦੀ ਸਫਾਈ ਹੋ ਰਹੀ ਹੈ, ਸੋ ਉਹਦਾ ਕੰਮ ਜਿਹੜਾ ਉਹ ਇਹੋ ਹੀ ਹੈ ਕਿ ਸਮੇਂ ਸਿਰ ਮੁਕੰਮਲ ਹੋ ਜਾਏ, ਤਾਂ ਕਿ ਜਿਸ ਪਰਪਜ਼ ਵਾਸਤੇ ਗ੍ਰਾਂਟ ਆਈ ਹੈ, ਜਿਸ ਪਰਪਜ਼ ਵਾਸਤੇ ਪੈਸੇ ਆਏ ਆ, ਉਹ ਪਰਪਜ਼ ਜਨਤਾ ਨੂੰ ਸਮਰਪਿਤ ਕੀਤਾ ਜਾ ਸਕੇ। ਅਤੇ ਬਾਕੀ ਜਿਹੜੀ ਇਹਨਾਂ ਨੇ ਸਮੱਸਿਆ ਧਿਆਨ 'ਚ ਲੈਂਦੀ, ਉਹ EDC ਡਿਵੈਲਪਮੈਂਟ ਉਹਨਾਂ ਦੇ ਧਿਆਨ 'ਚ ਲਿਆ ਦਾਂਗੇ ਕਿ ਇਹਨਾਂ ਨੂੰ ਜਿਹੜੇ ਫੰਡਾਂ ਦੀ ਘਾਟ ਨਾ ਆਏ, ਤਾਂ ਕਿ ਸਮੇਂ ਸਿਰ ਕੰਮ ਨਿਪਰੇ ਸਕਦੇ। ਸਰ ਅੱਜ ਉੱਥੇ ਗੁਰੂ ਸਾਹਿਬ ਦੇ ਜਿੰਨੇ ਵੀ ਗੁਰਦੁਆਰੇ ਜਿੰਨਾ ਪਿੰਡਾਂ ਉਹਨਾਂ ਵਿੱਚ ਹੀ ਗੇੜਾ ਮਾਰਿਆ ਜਾਏਗਾ ਜੀ? ਅੱਜ ਖਾਸ ਤੌਰ 'ਤੇ ਇਹੋ ਹੀ ਪਲਾਨ ਬਣਾਇਆ ਸੀਗਾ, ਕਿਉਂਕਿ ਸਾਡੇ ਅੱਗੇ ਜਿਹੜਾ ਹੁਣ ਜਨਮ ਦਿਹਾੜਾ ਗੁਰੂ ਸਾਹਿਬ ਦਾ ਆ ਰਿਹਾ, ਅਤੇ ਉਹ ਹੀ ਟਾਰਗੇਟ ਹੈ ਸਾਡੇ ਵਾਸਤੇ, ਅਤੇ ਉਹਦੇ ਸਪੈਸੀਫਿਕ ਪਰਪਜ਼ ਵਾਸਤੇ ਅੱਜ ਸਾਰਾ ਦੌਰਾ ਕੱਢਿਆ। ਥੈਂਕ ਯੂ ਥੈਂਕ ਯੂ ਸਰ। ਹਾਂਜੀ, ਕੀ ਅੱਜ SDM ਸਾਹਿਬ ਆਏ ਅਤੇ ਕੀ ਗੱਲਬਾਤ ਕਰਕੇ ਗਏ? SDM ਸਾਹਿਬ ਆਏ ਜੀ, ਉਹਨਾਂ ਨੇ ਆਪਣੇ ਗੁਰਦੁਆਰਾ ਸਾਹਿਬ ਨੂੰ ਮਸਤਕ ਹੋਏ ਆ, ਮੱਥਾ ਟੇਕਿਆ, ਅਤੇ ਉਦੋਂ ਬਾਅਦ ਉਹਨਾਂ ਸਾਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਪੁੱਛਿਆ। ਅਸੀਂ ਉਹਨਾਂ ਨੂੰ ਸਰ ਜੀ ਮੁਸ਼ਕਿਲ ਹੈਗੀ ਥੋੜ੍ਹੀ ਲੇਬਰ ਬਾਰੇ, ਉਹ ਉਹਨਾਂ ਨੂੰ ਕਹਿਤਾ, ਅਤੇ ਉਹਨਾਂ ਇਹ ਜਾ ਕੇ ਅਸੀਂ ਤੁਹਾਡਾ ਸਾਰਾ ਮਸਲਾ ਹੱਲ ਕਰਾਵਾਂਗੇ। ਇੱਕ ਮਤਲਬ ਉਹ ਮੇਨ ਸੜਕ ਜਿਹੜੀ ਆ ਉਹ ਮੰਡੀ ਬੋਰਡ ਤੋਂ ਬਣਨੀ ਹੈ, ਉਹਦੇ ਬਾਰੇ ਵੀ ਉਹਨਾਂ ਨੂੰ ਦੱਸਿਆ, ਤਾਂ ਉਹ ਵੀ ਕਹਿੰਦੇ ਵੀ ਅਸੀਂ ਮੰਡੀ ਬੋਰਡ ਨਾਲ ਗੱਲ ਕਰਕੇ ਤੁਸੀਂ ਸੜਕ ਛੇਤੀ ਛੇਤੀ ਬਣਾ ਦਾਂਗੇ। ਜਿਹੜਾ ਕੰਮ ਹੋ ਰਿਹਾ ਇੱਥੇ ਅਤੇ ਉਹ ਦੇਖ ਕੇ ਗਏ SDM ਸਾਹਿਬ, ਕੀ ਕਹਿ ਕੇ ਗਏ ਨੇ? ਉਹ ਆਪਣੇ ਉਹਨਾਂ ਦੀ ਤਸੱਲੀ ਹੋਈ ਹੈ, ਉਹ ਖੁਸ਼ ਹੋਏ ਆ, ਇਹ ਗੱਲ ਦੱਸੇ ਤਾਂ ਮਤਲਬ ਵੀ ਠੀਕ ਚੱਲ ਰਿਹਾ ਕੰਮ। ਠੀਕ ਸਰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।